ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਵੀ ਜਿਹੜੀ ਦੁਰਗੰਧ ਹੁੰਦੀ ਹੈ ਨਾ ਉਹਦੀ ਸਫਾਈ ਕਰਨ ਦੇ ਨਾਲ ਕੂੜਾ ਕਰਕਟ ਵਿਸ਼ਟਾ ਦੀ ਸਫਾਈ ਕਰਨ ਦੇ ਨਾਲ ਹੀ ਦੁਰਗੰਧ ਦੁਰਗੰਧ ਹਟਦੀ ਹੈ ਬਦਬੂ ਹਟਦੀ ਹੈ ਪਰ ਜੇ ਉਹਦੇ ਉੱਤੇ ਸੁੰਦਰ-ਸੁੰਦਰ ਆਣ ਕੇ ਕੱਪੜੇ ਪਾ ਦਿਓ ਉੱਥੇ ਥੋੜੇ ਲਿਆ ਕੇ ਫੁੱਲ ਸੁੱਟ ਦਿਓ ਉੱਥੇ ਪਰਫਿਊਮ ਦਾ ਛਿੜਕਾਓ ਕਰ ਦਿਓ ਉਹਦੇ ਨਾਲ ਅਤੇ ਮਿੰਟ ਵਾਸਤੇ ਸਮੈਲ ਦੱਬੀ ਤੇ ਜਾ ਸਕਦੀ ਏ ਪਰ ਹਟਦੀ ਨਹੀਂ ਉਹ ਫੇਰ ਲਗਾਤਾਰ ਉਸ ਤਰ੍ਹਾਂ ਹੀ ਰਹੇਗੀ ਮੁਰਦੇ ਨੂੰ ਕੱਪੜੇ ਪਵਾ ਕੇ ਕਿੰਨੀ ਕੁ ਧੀਰ ਸ਼ਿੰਗਾਰ ਕੇ ਰੱਖੋਗੇ ਆਫਟਰ ਆਲ ਤੇ ਮੁਰਦੇ ਦੇ ਅੰਦਰੋਂ ਸਮੈਲ ਆਉਣੀ ਸ਼ੁਰੂ ਹੋਏਗੀ ਨਾ ਮਸ਼ੀਨ ਦੇ ਅੰਦਰ ਰੱਖੋ ਬਰਫ਼ ਦੀਆਂ ਸਿੱਲੀਆਂ ਲਾ ਕੇ ਰੱਖੋ ਉਹਨਾਂ ਦੇ ਉੱਤੇ ਪਰਫਿਊਮ ਦਾ ਛਿੜਕਾਓ ਕਰੋ ਪਰ ਮੁਰਦੇ ਦੇ ਅੰਦਰੋਂ ਸਮੈਲ ਆਉਣੀ ਸੁਭਾਵਕ ਹੈ ਸਾਡੇ ਅੰਦਰ ਜਿਹੜਾ ਮੁਰਦ ਘਾਟ ਬਣਿਆ ਹੈ ਗਲਤੀਆਂ ਵਾਲਾ ਮੁਰਦ ਘਾਟ ਬਣਿਆ ਹੈ ਉਦੇ ਅੰਦਰੋਂ ਹੀ ਦੁਰਗੰਧ ਆਉਂਦੀ ਓਸੇ ਕਰਕੇ ਤੁਸੀਂ ਬੇਚੈਨ ਹੋ ਜਿਹੜੀ ਅੰਦਰੋਂ 스멜 ਆਉਂਦੀ ਹੈ ਨਾ ਬੈਡ 스멜 ਆਉਂਦੀ ਗੰਦੀ ਬਦਬੂ ਆਉਂਦੀ ਓਦੇ ਕਰਕੇ ਤੁਹਾਡੇ ਜੀਵਨ ਦੇ ਅੰਦਰ ਬੇਚੈਨੀ ਹੈ ਤੁਹਾਡੀ ਬੇਚੈਨੀ ਦਾ ਕਾਰਨ ਤੁਸੀਂ ਖੋਦੋ ਤੁਹਾਡੀ ਬੇਚੈਨੀ ਦਾ ਕਾਰਨ ਕੋਈ ਦੂਜਾ ਨਹੀਂ ਹੈ ਇਹ ਗੱਲ ਵੱਖਰੀ ਹੈ ਵੀ ਤੁਸੀਂ ਦੋਸ਼ ਦੂਜੇ ਦੇ ਉੱਤੇ ਮੜਦੇ ਹੋ ਪਰ ਦੋਸ਼ ਤੁਹਾਡਾ ਆਪਣਾ ਹੈ ਤੁਸੀਂ ਆਪਣੇ ਅੰਦਰ ਦੇ ਮੁਰਦਕਾਟ ਨੂੰ ਅੰਦਰ ਦੀ ਦੁਰਗੰਧ ਨੂੰ ਸਵਾਰਨਾ ਤੇ ਨਹੀਂ ਚਾਹੁੰਦੇ ਬਾਹਰ ਕੱਢਣਾ ਤੇ ਨਹੀਂ ਚਾਹੁੰਦੇ ਪਰ ਉਹਨੂੰ ਸ਼ਿੰਗਾਰਨਾ ਚਾਹੁੰਦੇ ਹੋ ਬਈ ਇਹਨੂੰ ਬਾਹਰ ਨਾ ਕੱਢੀਏ ਕੂੜਾ ਕਰਕੜ ਸਾਫ਼ ਨਾ ਕਰੀਏ ਇਹਦੇ ਤੇ ਕਪੜਾ ਪਾ ਦਿੰਨੇ ਆ ਇਹਦੇ ਤੇ ਛਿੜਕਾਅ ਕਰ ਦਿੰਨੇ ਆ ਕਿਸੇ ਤਰਫ ਫਲੇਲ ਦਾ ਛੇ ਬੇਚੈਨੀ ਘਟ ਜਾਏ ਪਰ ਉਹ ਘਟਦੀ ਨਹੀਂ ਹੈ ਗੰਦਗੀ ਤੇ ਕਪੜਾ ਪਾਇਆ ਗੰਦਗੀ ਗੰਦਗੀ ਰਹਿੰਦੀ ਹੈ ਉਹ ਕੋਈ ਫੁੱਲ ਨਹੀਂ ਬਣਦੀ ਗੰਦਗੀ ਤੇ ਕਪੜੇ ਪਾਇਆ ਗੰਦਗੀ ਗੰਦਗੀ ਰਹਿੰਦੀ ਹੈ ਉਹ ਕੋਈ ਚੰਦਨ ਦੀ ਲੱਕੜ ਨਹੀਂ ਬਣ ਜਾਂਦੀ ਵੀ ਜਿਹੜੀ ਬਦਲ ਜਾਏਗੀ ਤੇ ਉਹਦੇ ਅੰਦਰੋਂ ਦੁਰਗੰਧੀ ਆਉਣੀ ਹਟ ਜਾਏਗੀ ਗੰਦਗੀ ਦੇ ਉੱਤੇ ਫੁੱਲਾਂ ਦੀ ਇਤਰ ਦੀ ਪਰਫਿਊਮ ਦੀ ਰੂਮ ਫਰੈਸ਼ਰ ਦੀ ਸਪਰੇਅ ਕਰਨ ਦੇ ਨਾਲ ਗੰਦਗੀ ਦਾ ਰੂਪ ਨਹੀਂ ਬਦਲ ਜਾਣਾ ਉਹੀ ਕੁਛ ਹੀ ਰਹਿਣਾ ਹੈ ਮੁਰਦੇ ਨੂੰ ਜਿਉਂਦਿਆਂ ਸਮਝ ਕੇ ਤੁਸੀਂ ਜੋ ਕਰਦੇ ਹੋ ਇੱਕ ਮੁਰਦੇ ਨੂੰ ਜਿਉਂਦਿਆਂ ਸਮਝ ਕੇ ਕੱਪੜੇ ਪਾ ਦੋ ਆਹ ਕਰ ਦੋ ਉਹ ਕਰ ਦੋ ਪਰ ਮੁਰਦਾ ਤੇ ਮੁਰਦਾ ਹੈ ਨਾ ਕਿੰਨਾ ਕੋ ਉਹਨੂੰ ਸ਼ਿੰਗਾਰੀ ਜਾਓ ਜੋ ਮਰਜ਼ੀ ਉਹਦਾ ਮੇਕਅਪ ਕਰੀ ਜਾਓ ਨਾ ਮੁਰਦੇ ਨੇ ਉੱਠ ਕੇ ਬਹਿਣਾ ਹੈ ਨਾ ਉਹਦੇ ਅੰਦਰੋਂ ਦੁਰਗੰਧੀ ਆਉਣਾ ਆਉਣੀ ਹਟ ਨਹੀਂ ਹੈ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਵਿੱਚ ਧਰਮ ਵਾਲੀ ਜੋਤ ਨਹੀਂ ਹੈ ਤੁਸੀਂ ਬਾਣੀ ਖੁਦ ਨਹੀਂ ਪੜਦੇ ਤੁਸੀਂ ਗੁਰਬਾਣੀ ਨੂੰ ਖੁਦ ਨਹੀਂ ਸਮਝਦੇ ਤੁਹਾਡੇ ਅੰਦਰ ਦੀਆਂ ਬੁਰਾਈਆਂ ਮੁਰਦ ਘਾਟ ਬਣ ਗਈਆਂ ਨੇ ਤੁਹਾਡੇ ਅੰਦਰੋਂ ਬੈਡ ਸਮੈਲ ਆਉਂਦੀ ਹੈ ਉਹ ਤੁਹਾਡੀ ਬੇਚੈਨੀ ਦਾ ਕਾਰਨ ਬਣ ਗਈ ਹੈ ਤੇ ਤੁਸੀਂ ਚਾਹੁੰਦੇ ਹੋ ਉਹਨੂੰ ਬਾਰੀ ਟੰਗ ਦੇ ਨਾਲ ਸਵਾਰਾਂ ਦਾ ਯਤਨ ਕਰੀਏ ਪਰ ਨਹੀਂ ਧਰਮੀ ਬਣੋ ਸੱਚੇ ਬਣੋ ਪਖੰਡੀ ਨਾ ਬਣੋ ਪਹਿਰਾਵੇ ਵਾਲੇ ਨਾ ਬਣੋ ਬੇ ਵਿਖਾਵਾ ਬਣਾ ਲਿਆ ਤੇ ਵਿਖਾਵਾ ਬਣਾਉਣ ਵਾਲੇ ਵੀ ਡਿਪਰੈਸ਼ਨ ਦੇ ਮਰੀਜ਼ ਹੀ ਮਿਲਦੇ ਨੇ ਕਿਉਂ ਕਿ ਕਿਉਂਕਿ ਵਿਖਾਵਾ ਹੀ ਵਿਖਾਵਾ ਹੈ ਪੱਲੇ ਕੁਝ ਵੀ ਨਹੀਂ ਮੈਨੂੰ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਵਜਨ ਚੇਤੇ ਆਉਂਦਾ ਗੁਰਬਾਣੀ ਦੇ ਅੰਦਰ ਹੈ ਉਹ ਕਹਿੰਦੇ ਨੇ ਅਣਿਕ ਬਸਤਰ ਸੁੰਦਰ ਪਹਿਰਾਇਆ ਅਨੇਕਾਂ ਤਰ੍ਹਾਂ ਦੇ ਸੁੰਦਰ-ਸੁੰਦਰ ਵਸਤਰੋ ਨੇ ਤਨ ਦੇ ਉੱਤੇ ਪਾਲ ਐ ਅਣਿਕ ਬਸਤਰ ਸੁੰਦਰ ਪਹਿਰਾਇਆ ਜਿਉਂ ਡਰਣਾ ਖੇਤ ਮਹਿ ਡਰਾਇਆ ਕਹਿੰਦੇ ਨੇ ਇੱਕ ਜ਼ਿਮੀਂਦਾਰ ਨੇ ਖੇਤ ਦੇ ਅੰਦਰ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ ਉਹਨੂੰ ਕੱਪੜੇ ਪੁਆਏ ਉਹਨੂੰ ਖੜਾ ਕਰ ਦਿੱਤਾ ਤਾਂ ਕਿ ਕਾਂ ਕਬੂਤਰਾਂ ਨੂੰ ਚਿੜੀਆਂ ਨੂੰ ਪਰਮ ਬਣਿਆ ਰਹੇ ਭੁਲੇਖਾ ਬਣਿਆ ਰਹੇ ਵੀ ਖੇਤ ਦਾ ਮਾਲਕ ਖੇਤ ਦੇ ਅੰਦਰ ਹੈ ਪਰ ਪਤਾ ਉਦੋਂ ਲੱਗਾ ਜਦੋਂ ਹਵਾ ਹੀ ਤੇ ਪੁਤਲਾ ਢੈ ਢੇਰੀ ਹੋਇਆ ਪਤਾ ਉਦੋਂ ਲੱਗਦਾ ਜਦੋਂ ਪਖੰਡ ਦੀ ਹਵਾ ਹੁੰਦੀ ਹੈ ਤੇ ਲਿਬਾਸ ਵਾਲੇ ਡਿੱਗ ਪੈਂਦੇ ਨੇ ਪਖੰਡ ਦੀ ਹਵਾ ਹੁੰਦੀ ਹੈ ਲਿਬਾਸ ਵਾਲੇ ਥੱਲੇ ਪਏ ਹੁੰਦੇ ਨੇ ਜਾਂ ਕਿਸੇ ਕੁਕਰਮ ਦੀ ਹਵਾ ਆਉਂਦੀ ਤੇਜ਼ ਹਵਾ ਆਉਂਦੀ ਹੈ ਤੇ ਉਹਨਾਂ ਨੂੰ ਵੇਖੀਦਾ ਇਹ ਬੇ ਵਿਚਾਰੀ ਦੇ ਅੰਦਰ ਡਿੱਗਿਆ ਨੂੰ ਪਖੰਡ ਦੇ ਅੰਦਰ ਡਿੱਗਿਆ ਨੂੰ ਗੁਨਾਹ ਦੇ ਅੰਦਰ ਡਿੱਗਿਆ ਨੂੰ ਵੇਖੀਦਾ ਹੈ ਤੇ ਸੋਚੀਦਾ ਹੈ ਵੀ ਉਹ ਕਪੜਾ ਉਸ ਪੁਤਲੇ ਵਰਗੇ ਨੇ ਉਸ ਤੋਂ ਵੱਧ ਕੁਝ ਨਹੀਂ ਗਏ ਖੈਰ ਮੁਰਦਾ ਕਿੰਨਾ ਵੀ ਮਹਾਨ ਹੋਵੇ ਨੇਤਾ ਹੋਵੇ ਸਿੰਗਰ ਹੋਵੇ ਜਾਂ ਹੋਰ ਵੀ ਕੁਝ ਹੋਵੇ ਪਰ ਮੁਰਦਾ ਕਿਸੇ ਨੇ ਘਰ ਦੇ ਅੰਦਰ ਸੰਭਾਲਿਆ ਮੈਨੂੰ ਦੱਸੋ ਭਾਵੇਂ ਕੋਈ ਨੇਤਾ ਹੈ ਭਾਵੇਂ ਕੋਈ ਸਿੰਗਰ ਹੈ ਹਰ ਇੱਕ ਮਾਂ ਬਾਪ ਨੂੰ ਆਪਣਾ ਧੀ ਪੁੱਤ ਪਿਆਰਾ ਹੈ ਪਰ ਕਦੇ ਕਿਸੇ ਨੇ ਆਪਣੇ ਘਰ ਦੇ ਅੰਦਰ ਉਹਨੂੰ ਦਫਨਾਇਆ ਹੈ ਘਰ ਦੇ ਅੰਦਰ ਸੰਸਕਾਰਿਆ ਹੈ ਜਾਂ ਘਰ ਦੇ ਅੰਦਰ ਉਹਨੂੰ ਸੰਭਾਲਿਆ ਵੀ ਇਹਨੂੰ ਨਾ ਜਾਣ ਦਿੱਤਾ ਜਾਏ ਇਹ ਗੱਲ ਵੱਖਰੀ ਹੈ ਵੀ ਜਦੋਂ ਉਹਨੂੰ ਲਜਾਨ ਲੱਗਦੇ ਨੇ ਤੇ ਉਦੋਂ ਰੋਣਾ ਪਿੱਟਣਾ ਤੇ ਸ਼ੁਰੂ ਹੁੰਦਾ ਹੈ ਦੋ ਘੜੀਆਂ ਹੋਰ ਰੁਕ ਜਾਓ ਨਾਲ ਜਾਓ ਪਰ ਕਦੇ ਕਿਸੇ ਨੇ ਜिद ਨਹੀਂ ਕੀਤੀ ਵੀ ਇਹਨੂੰ ਰੱਖਣਾ ਹੀ ਮੈਂ ਘਰ ਦੇ ਅੰਦਰ ਹੈ ਔਰ ਅੱਜ ਤੱਕ ਕਦੇ ਕਿਸੇ ਨੇ ਰੱਖਿਆ ਵੀ ਨਹੀਂ ਫਿਰ ਅੰਦਰ ਦਾ ਮੁਰਦ ਘਾਟ ਕਿਉਂ ਸੰਭਾਲੀ ਫਿਰਦੇ ਹੋ ਅੰਦਰ ਦੀਆਂ ਮੁਰਧੀਆਂ ਵਿਚਾਰਾਂ ਕਿਉਂ ਸੰਭਾਲੀ ਫਿਰਦੇ ਹੋ ਅੰਦਰ ਨੂੰ ਆਪਣੇ ਨੂੰ ਸ਼ਮਸ਼ਾ ਮਰਗਟ ਕਿਉਂ ਬਣਾਇਆ ਹੈ ਬਾਹਰ ਮੁਰਦਾ ਸੰਭਾਲਦੇ ਨਹੀਂ ਅੰਦਰ ਮੁਰਦਿਆਂ ਨੂੰ ਸੰਭਾਲੀ ਫਿਰਦੇ ਹੋ ਮੁਰਦੀਆਂ ਵਿਚਾਰਿਆਂ ਨੂੰ ਸੰਭਾਲੀ ਫਿਰਦੇ ਹੋ ਤੇ ਉਹਨਾਂ ਨੂੰ ਫਿਰ ਤੁਸੀਂ ਯਤਨ ਕਰਦੇ ਹੋ ਵੀ ਸਾਡੇ ਇਹਨਾਂ ਮੁਰਦੀਆਂ ਵਿਚਾਰਾਂ ਨੂੰ ਲੋਕ ਸੱਚੀਆਂ ਮੰਨਣ ਤੁਹਾਡੇ ਫੋਬੀਏ ਦੇ ਰੋਗ ਨੂੰ ਅਸੀਂ ਰੋਗ ਨਾ ਮੰਨੀਏ ਤੇ ਹੋਰ ਕੀ ਮੰਨੀਏ ਰੋਗੀ ਹੋ ਬਿਮਾਰ ਹੋ ਬਿਮਾਰ ਹੋਣ ਕਰਕੇ ਇਸ ਪਰਮਜਾਲ ਦੇ ਅੰਦਰ ਹੋ ਤੇ ਫਿਰ ਜੇਦ ਵੀ ਕਰਦੇ ਹੋ ਵੀ ਇਹ ਸਾਡਾ ਭਰਮ ਦਾ ਜਾਲ ਸੱਚ ਦਾ ਜਾਲ ਕਰਕੇ ਮੰਨੋ ਅੱਜ ਧਰਮ ਦੀ ਦੁਨੀਆ ਦੇ ਅੰਦਰ ਮੁਰਦਿਆਂ ਦੀ ਪੂਜਾ ਹੋ ਰਹੀ ਹੈ ਮਰਨ ਵਾਲਿਆਂ ਦੀਆਂ ਜੁੱਤੀਆਂ ਪੂਜੀਆਂ ਜਾ ਰਹੀਆਂ ਨੇ ਧਰਮ ਦੀ ਦੁਨੀਆ ਦੇ ਅੰਦਰ ਕੱਪੜੇ ਪੂਜੇ ਜਾ ਰਹੇ ਨੇ ਚਪਲਾਂ ਪੂਜੀਆਂ ਜਾ ਰਹੀਆਂ ਨੇ ਨਲਕੇ ਪੂਜੇ ਜਾ ਰਹੇ ਨੇ ਇੱਥੇ ਬਾਬਾ ਜੀ ਆਉਂਦੇ ਹੁੰਦੇ ਸਨ ਬੈੰਦੇ ਸਨ ਇੱਥੇ ਆਪਣੀ ਸਫਾਈ ਕਰਦੇ ਸਨ ਨਲਕੇ ਪੂਜੇ ਜਾ ਰਹੇ ਨੇ ਮੈਂ ਤੇ ਹੈਰਾਨ ਹੁੰਨਾ ਮੁਰਤੇ ਅੰਦਰ ਪਾਣੀ ਦੀ ਘੁੱਟ ਨਹੀਂ ਜਾਂਦੀ ਉਹ ਬਾਹਰੋਂ ਮਰ ਚੁੱਕਾ ਹੈ ਮੈਨੂੰ ਲੱਗਦਾ ਤੁਹਾਡੇ ਅੰਦਰ ਵੀ ਜਿਹੜੀ ਬਾਣੀ ਦੀ ਘੁੱਟ ਨਹੀਂ ਨਾ ਜਾ ਰਹੀ ਬਾਣੀ ਦਾ ਅਸਰ ਨਹੀਂ ਜਾ ਰਿਹਾ ਨਾ ਕੀਰਤਨ ਰਾਈ ਨਾ ਕਥਾ ਰਹੀ ਅੰਦਰ ਤੁਹਾਡਾ ਮਰ ਚੁੱਕਾ ਹੈ ਉਹਨਾਂ ਵਿਚਾਰਾਂ ਤੋਂ ਦੁਰਗੰਧ ਆ ਰਹੀ ਏ ਉਹ ਵਿਚਾਰਾਂ ਬਦਲੀਆਂ ਜਾ ਸਕਦੀਆਂ ਨੇ ਅੰਦਰ ਦਾ ਮੁਰਦਕਾਟ ਸਾਫ਼ ਕੀਤਾ ਜਾ ਸਕਦਾ ਹੈ ਪਰ ਉਹਦੇ ਲਈ ਇੱਕੋ ਹੀ ਥਿਊਰੀ ਹੈ ਇੱਕੋ ਹੀ ਰਾਏ ਇੱਕੋ ਹੀ ਨੁਸਕਾ ਹੈ ਇੱਕੋ ਹੀ ਯਤਨ ਹੈ ਇੱਕੋ ਹੀ ਪ੍ਰਯਤਨ ਹੈ ਕੋਈ ਦੂਜਾ ਨਹੀਂ ਉਹ ਹੈ ਗੁਰਬਾਣੀ ਨੂੰ ਖੁਦ ਪੜੋ ਤੇ ਗੁਰਬਾਣੀ ਨੂੰ ਖੁਦ ਵਿਚਾਰੋ ਜੇ ਤੁਸੀਂ ਰਹੇ ਨਾ ਸਾਧਾਂ ਦੇ ਪਰੋਸੇ ਇਹਨਾਂ ਨੇ ਕੌਮ ਦਾ ਬੜਾ ਨੁਕਸਾਨ ਕੀਤਾ ਹੈ ਹੋਰ ਕਰਨਗੇ ਪਖੰਡੀ ਸਾਧ ਨੇ ਜਿਹੜੇ ਤੁਸੀਂ ਖੁਦ ਬਾਣੀ ਨੂੰ ਪੜੋ ਖੁਦ ਬਾਣੀ ਨੂੰ ਸਮਝੋ ਤੇ ਤੁਹਾਡੇ ਅੰਦਰ ਦੀਆਂ ਵਿਚਾਰਾਂ ਵੀ ਬਦਲ ਜਾਣਗੀਆਂ ਸਾਧਾਂ ਦੀਆਂ ਫੂਕਾਂ ਨਾਲ ਕੁਝ ਨਹੀਂ ਹੋਣਾ ਅੰਦਰ ਦੀ ਸਫਾਈ ਵੀ ਹੋ ਜਾਏਗੀ ਤੇ ਚੈਨ ਦੇ ਅੰਦਰ ਜ਼ਿੰਦਗੀ ਵੀ ਬਸਰ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਆਪਹੀ ਬੰਲੀ